ਇਹ ਵੀਡੀਓ ਜਿਸ ਟਾਈਮ ਅਪਲੋਡ ਹੋਣੀ ਹੈ ਟਾਈਮ ਨੋਟ ਕਰ ਲੈ ਤੇ 24 ਘੰਟੇ ਬਾਅਦ 24 ਘੰਟੇ ਵਿੱਚ ਮੈਟਰ ਸੌਲਟ ਆਉਟ ਨਾ ਕੀਤਾ। ਬਸ ਫਿਰ ਅਰਸ਼ਾਇਮੇ ਪੇਸ਼ ਕਰ ਦੇਵਾਂਗਾ। ਮੈਂ ਸਬੂਤ ਦੇ ਨਾਲ ਪ੍ਰੂਫ ਦੇ ਨਾਲ ਦੇ ਦੇਵਾਂਗਾ। ਮੈਂ ਮੈਂ ਆਪਣਾ ਮੋਬਾਈਲ ਅਸਲ ਮੋਬਾਈਲ ਆਪਣਾ ਅਸਲ WhatsApp ਦਾ ਮੰਗਾ। ਸਭ ਪਤਾ ਚੱਲ ਜਾਏਗਾ ਕਿਨੇ ਵਾਇਰਲ ਕੀਤਾ ਹੈ, ਕੀ ਹੋਇਆ ਹੈ, ਕਿਸ ਤਰ੍ਹਾਂ ਆਇਆ ਹੈ। ਸਭ ਪਤਾ ਚੱਲ ਜਾਏਗਾ। ਠੀਕ ਹੈ। ਤਿਆਰ ਕਰਕੇ ਐਤੋਂ ਮੈਂ ਦੱਸ ਰਿਹਾ। ਮਲਕ ਸਾਹਿਬ ਜਿਹੜੀ ਗੱਲ ਸਮਝਾ ਰਿਆ ਇਹਨੂੰ ਪੱਲੇ ਬੰਨ ਲੈ 24 ਘੰਟੇ 24 ਘੰਟੇ ਇਹ ਆਖਰੀ ਟਾਈਮ ਹੈ ਤੇਰਾ 24 ਘੰਟੇ ਮੈਟਲ ਸੌਲਟ ਆਊਟ ਕਰ ਨਹੀਂ ਤੇ ਸਚਾਈ ਪੇਸ਼ ਕਰ ਹਰ ਚਾਹੇ ਸਾਹਮਣੇ ਸੱਚ ਲਿਆ ਪਤਾ ਚੱਲ ਜਾਏਗਾ ਆਪੇ ਓਕੇ ਅੱਜ ਜਿਹੜੇ ਹਰ ਬਹਰ ਬੇਸਤਮਾਲ ਕਰ ਰਹੀਆਂ ਨੂੰ ਕੜੀ ਹੋਣੀ ਮੇਰੇ ਤੇ ਇਨਸ਼ਾਅੱਲਾ ਪੂਰੀ ਫਾਈਟ ਕਰਾਂਗਾ ਤੇਰੇ ਨਾਲ ਕੋਈ ਗੱਲ ਨਹੀਂ ਐਸੀ 24 ਘੰਟੇ ਓਕੇ बेहतर करेगा और गायस मेहरबानी यार सॉरी गुस्से में और जो मेरे साथ हुआ है उसके लिए कथाकलामियां तो चलती रहती हैं लेकिन खैर सॉरी ये पैगाम या वीडियो आपके लिए बिल्कुल नहीं है मुझे पता है आप लोगों ने मैसेजेस में ये वो सजे खबर जो भी लिखना है कोई बात नहीं ऐसी ये पैगाम सिर्फ मैडम मिनाह मलक फीमेल शीमेल जड़े भी ला लो ती इनके लिए ठीक है लेकिन मेहरबानी प्लीज आपके लिए नहीं है तो उसके लिए मिनाल मलक चौबीस घंटे मैं वेट इज़्ज़त मैटर शॉर्ट कर खत्म कर वापस मामला तो अपनी जिंदगी लेकिन एंजा भी मतलब नहीं कि वापस कुछ सुलह हो जाएगी या तू मेनु कहेगी आ जाओ आ जाओ नहीं नहीं ऐसा कोई सीन नहीं होना खाली खाली बली खत्म खत्म बस चौबी घंटे असली हकीकत या ਤੇ ਆਫਾਇ ਨੂੰ ਪਹੁੰਚਾ ਦੇ ਅਗਰ ਅਸਲ ਹਕੀਕਤ ਨਹੀਂ ਪਹੁੰਚਾ ਸਕਦੀ ਤੇਰੀ ਇੰਨੀ ਨਹੀਂ ਹੈ ਕਿਉਂਕਿ ਤੈਨੂੰ ਤਾਂ ਪੂਰੀ ਗੱਲ ਦਾ ਪਤਾ ਹੈ ਤੇ ਫਿਰ ਇਸ ਗੱਲ ਨੂੰ ਮੈਟਰ ਨੂੰ ਮੁਕਾ ਖੱਲੀ ਬੱਲੀ ਕਰ ਠੀਕ ਹੈ ਓਕੇ ਅੱਲਾ ਹਾਫਿਜ਼